ਇਹ ਯਾਦਗਾਰ ਜੱਲਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਦੀ 100ਵੀਂ ਵਰ੍ਹੇਗੰਢ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਜੋ ਵਿਸਾਖੀ ਦੇ ਦਿਹਾੜੇ ਤੇ ਸ਼ਹੀਦ ਹੋਏ ਸਨ। ਇਹ ਚਿੱਟੇ ਪੱਥਰ ਦੇ ਅਸਮਾਨ ਵੱਲ ਇਸ਼ਾਰਾ ਕਰਦੇ 5 ਥੰਮ ਹਨ ਜੋ ਸ਼ਹੀਦਾਂ ਦੇ ਅਸਮਾਨ ਨੂੰ ਛੂਹ ਲੈਣ ਵਾਲੇ ਹੌਸਲੇ ਦੇ ਪ੍ਰਤੀਕ ਹਨ। ਇਹਨਾਂ 5 ਥੰਮਾਂ ਦੀ ਵੱਖੋ ਵੱਖ ਉਚਾਈ ਸ਼ਹੀਦਾਂ ਦੀ ਵੱਖੋ ਵੱਖਰੀ ਉਮਰ ਵੱਲ ਸੰਕੇਤ ਕਰਦੀ ਹੈ। ਪੱਥਰ ਦਾ ਚਿੱਟਾ ਰੰਗ ਇਹਨਾਂ ਦੀ ਕੁਰਬਾਨੀ ਦੀ ਪਵਿੱਤਰਤਾ ਨੂੰ ਦਰਸਾਉਂਦਾ ਹੈ। ਇਹ ਥੰਮ ਜਿਸ ਗੋਲਾਕਾਰ ਪਲੇਟਫਾਰਮ ਤੋਂ ਉੱਠਦੇ ਹਨ ਉਸਦਾ ਵਿਚਕਾਰ ਵਾਲਾ ਕਾਲਾ ਪੱਥਰ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਪੈਦਾ ਹੋਏ ਖਾਲੀਪਨ ਤੇ ਖਲਾ ਦਾ ਪ੍ਰਤੀਕ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਜੋਂ ਇਸ ਥਾਂ ਨੂੰ ਭਰਨ ਲਈ ਉਹਨਾਂ ਵੱਖ ਵੱਖ ਪਿੰਡਾਂ ਦੀ ਮਿੱਟੀ ਲਿਆਂਦੀ ਗਈ ਹੈ ਜਿਨ੍ਹਾਂ ਪਿੰਡਾਂ ਨਾਲ ਇਹ ਸ਼ਹੀਦ ਸੰਬੰਧਿਤ ਹਨ। ਪਲੇਟਫਾਰਮ ਦੇ ਆਲੇ ਦੁਆਲੇ ਸ਼ਹੀਦਾਂ ਦੇ ਨਾਵਾਂ ਨਾਲ ਉੱਕਰੀਆਂ ਹੋਈਆਂ ਕਾਲੇ ਤੇ ਸਲੇਟੀ ਗ੍ਰੇਨਾਈਟ ਪੱਥਰ ਦੀਆਂ ਕੰਧਾਂ ਬਣਾਈਆਂ ਗਈਆਂ ਹਨ। ਇਹ ਪ੍ਰੋਜੈਕਟ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਭਗ 3.5 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੋ ਕਿ ਮਿੱਥੀ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਗਿਆ ਹੈ। ਇਸ ਸ਼ਤਾਬਦੀ ਯਾਦਗਾਰ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 14 ਅਗਸਤ 2021 ਨੂੰ ਕੀਤਾ ਗਿਆ। ਇਹ ਯਾਦਗਾਰ ਆਉਣ ਵਾਲੀ ਪੀੜ੍ਹੀ ਨੂੰ ਸ਼ਹੀਦਾਂ ਦੀ ਕੁਰਬਾਨੀ ਯਾਦ ਕਰਵਾਏਗੀ ਤੇ ਇੱਕ ਪ੍ਰੇਰਣਾ ਸਰੋਤ ਬਣਦੀ ਰਹੇਗੀ।